ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਇੱਕ ਆਡੀਓ ਸਾਹਮਣੇ ਆਈ ਹੈ, ਜਿਸ ਦੇ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਪੈਦਾ ਹੋ ਗਈ ਹੈ। ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਨਕਦੀਪ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਆਡੀਓ ਰਿਲੀਜ਼ ਕੀਤੀ ਅਤੇ ਦੱਸਿਆ ਜਾ ਰਿਹਾ ਇਹ ਆਡੀਓ ਚੋਣਾਂ ਤੋਂ ਪਹਿਲਾਂ ਦੀ ਹੈ। ਅਸੀਂ ਜੀ ਬਾਘਾ ਪੁਰਾਣਾ ਤੋਂ ਤੁਹਾਨੂੰ ਮਿਲਣਾ ਸੀ ਮੋਗੇ, ਤੁਸੀਂ ਕਹਿੰਦੇ ਅੱਜ ਮੋਗੇ ਤੁਹਾਡਾ ਕੈਂਸਲ ਹੋ ਗਿਆ ਜੀ। ਨਹੀਂ ਜੀ, ਅਸੀਂ ਤੁਹਾਨੂੰ ਉਸ ਰਸਤੇ ਚ ਨੀ ਮਿਲਣਾ, ਰੈਸਟ ਹਾਊਸ ਹੀ ਆ ਗਈ, ਹੁਣ ਆ ਜਾਂਦੇ ਤੁਰ ਪੈਂਦੇ ਜੀ। ਥੋੜੀ ਧਿਆਨ ਨਾਲ ਸੁਣ ਲਓ ਜੀ, ਸਾਨੂੰ ਵਿਰੋਧ ਕਰ ਤਾਂ ਹੀ ਫਾਇਦਾ ਜੀ, ਸਾਡਾ ਹੱਲ ਹੋਊਗਾ ਤਾਂ ਜੀ। ਹੋਰ ਪਤਾ ਕੀ ਹੈ ਜੀ, ਵਿਰੋਧ ਕਰੋਗੇ ਤਾਂ ਹੀ ਹੋਊਗਾ ਨਾ ਹੱਲ, ਪ੍ਰੈਸ਼ਰ ਤਾਂ ਪਾਓ ਨਾ ਸਾਡੇ ਤੇ। ਪ੍ਰੈਸ਼ਰ ਤੁਹਾਡੇ ਤੇ ਫੁੱਲ ਪਾਈਆਂ ਜੀ, ਅਸੀਂ ਨਾ ਫਿਰ ਵੀ ਤੁਸੀਂ ਜਦ ਕਿਹਾ ਸੀ ਰੈਲੀ ਚ ਨਾ ਕੁਛ ਕਰਿਓ, ਅਸੀਂ ਫਿਰ ਵੀ ਬਹੁਤ ਮਤਲਬ ਰੈਲੀ ਚ ਨਾ ਕੁਛ ਕਰ ਪਾਏ। ਦੇਖੋ ਰੈਲੀ ਚ ਨਾ ਕੁਛ ਕਰੋ, ਫਿਰ ਦੇਖੋ ਨੈਸ਼ਨਲ ਕਨਵੀਨਰ ਨੇ ਕਿਹਾ ਮੈਨੂੰ, ਮੈਂ ਹੁਣੀ ਗੱਲ ਕਰਕੇ ਆਇਆ ਉਹਨਾਂ ਨਾਲ। ਹਾਂਜੀ, ਕਹਿੰਦੇ ਵੀ ਜਮੀਨ ਜੀ ਮੇਰਾ ਵਿਰੋਧ ਕਰਾਉਂਗੇ ਫਿਰ ਪੰਗਾ ਪੈ ਜਾਊਗਾ, ਫਿਰ ਟਿਕਟ ਪੱਕੀ ਹੋ ਜਾਊ ਜਮਾਂ ਹਰਿਓ, ਕਿਉਂਕਿ ਕਹਿੰਦੇ ਵੀ ਪਤਾ ਨੀ ਜਾਣ ਕੇ ਆਪਦਾ ਕਰਾ ਕੇ ਸਾਡਾ ਟਿਕਟ ਕਰਦੇ ਨੇ। ਮੇਰੀ ਗੱਲ ਸੁਣ, ਮੇਰੀ ਗੱਲ ਨਾ, ਤੁਹਾਡਾ ਵਿਰੋਧ ਹੋਵੇ ਨਾ ਹੋਵੇ ਕੇਜਰੀਵਾਲ ਸਾਹਿਬ ਦਾ, ਫੂਲਕੇ ਦਾ ਤੇ ਬਹੁਤ ਕੰਟਰੋਲ ਕਰਿਆ ਗੁੱਸਾ ਉਹਨਾਂ ਦਾ, ਤੁਸੀਂ ਦੇਖ ਹੀ ਲਿਆ ਕੱਲ ਕੰਗ ਭਲੂਰੋਂ ਫੇਰ ਭਜਾਇਆ ਬਾਈ। ਮੈਂ ਦੱਸਿਆ ਮੈਂ ਹਜੇ ਤੱਕ ਕਹਿੰਦੇ ਮੈਂ ਪਿੰਡਾਂ ਚ ਪੜ ਨੀ ਦਿੰਦੇ ਅੱਜ ਤੱਕ ਉਹਨਾਂ ਨੂੰ, ਬਲੈਕਮੇਲ ਪਤਾ ਕੀ ਉਹਨਾਂ ਦਾ ਕੋਈ ਕਸੂਰ ਨੀ ਯਾਰ, ਉਹ ਬਲੈਕਮੇਲ ਕਰਦੇ ਆ ਯਾਰ, ਬਲੈਕਮੇਲ ਮਾਨ ਸਾਹਿਬ ਤੁਸੀਂ ਦਫਨ ਤੁਹਾਡੇ ਕੋਲ ਬੰਦੇ ਦੋ ਬੈਂਸ ਹੋਣੀ ਹੋਰ ਆ ਗਿਆ ਜੀ ਤੁਸੀਂ ਅਸੀਂ ਸਿੱਖ ਵਿਰੋਧੀ ਤੁਸੀਂ ਇਹਨੂੰ ਕਿੰਨੇ ਸਾਨੂੰ ਧਮਕੀ ਦਿੰਦਾ ਜੀ ਇਹ ਤੇ ਅਸੀਂ ਧਮਕੀਆਂ ਦਿੰਦੇ ਹਾਂ ਅਸੀਂ ਜਾਣਦੇ ਜਿਹੜੇ ਵੱਡੇ ਚਿਹਰੇ ਥੋੜੇ ਆ ਤੁਸੀਂ
ਮੋਹਾਲੀ ਦਾ ਬੜਾ ਬੋਲਦੇ ਸੀਗੇ ਹਾਂਜੀ ਹਾਂਜੀ ਤੇ ਕੈਪਟਨ ਅਮਰਿੰਦਰ ਤੈਨੂੰ ਚੈਲੇਂਜ ਕਰਦੇ ਤੂੰ ਟੁੱਟ ਜਾ ਵੀ ਚੈਲੇਂਜ ਕਰਦਾ ਕੈਪਟਨ ਦੇ ਵਿਰੁੱਧ ਲੜਾ ਹਾਂਜੀ ਹਾਂਜੀ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਨਾ ਜੀ ਤੁਹਾਨੂੰ ਤਾਂ ਪਾਸੇ ਹਲਕੇ ਚ ਭੇਜਤਾ ਜੀ ਖਾਨ ਸਾਹਿਬ ਰਿਸਕ ਤੁਹਾਡਾ ਬਹੁਤ ਜ਼ਿਆਦਾ ਵੱਡਾ ਤੁਸੀਂ ਮੁੱਖ ਮੰਤਰੀ ਦਾਅਵੇਦਾਰ ਤੇ ਸੁਖਬੀਰ ਦੇ ਬਾਅਦ ਕੋਈ ਸੌਖੀ ਗੱਲ ਨਹੀਂ ਆਪਾਂ ਚੋਣ ਲੜਨੀ ਠੀਕ ਹੈ ਨਾ ਨਹੀਂ ਪਤਾ ਹਾਂਜੀ ਹਾਂਜੀ ਤੇ ਜਿਵੇਂ ਹੁਣ ਇਹ ਆਪ ਤਾਂ ਆਪਦੇ ਹਲਕੇ ਚ ਰਹੇਗਾ ਜੀ ਜਿਹੜੀ ਗੱਲ ਇੱਕ ਆਪਦੇ ਹਲਕੇ ਚ ਰਹੇਗਾ ਜੀ ਇੱਕ ਆਪਦੇ ਆਪ ਨੂੰ ਮੁੱਖ ਮੰਤਰੀ ਜਿਹੜਾ ਦੱਸੀ ਜਾਂਦਾ ਜੀ ਕੱਲ ਨੂੰ ਮੰਨ ਲਾ ਤੁਹਾਡੀ ਤਸਵੀਰ ਨਾ ਸਾਡਾ 100% ਚਾਂਸ ਆ ਵੀ ਅਸੀਂ ਤੁਹਾਨੂੰ ਨਹੀਂ ਇੱਥੇ ਜਿਤਾਉਣਾ ਜੀ ਤੁਹਾਨੂੰ ਕਿੱਥੇ ਮਰਜ਼ੀ ਟਿਕਟ ਮਿਲ ਜੀ ਤਸਵੀਰ ਦੇ ਬਰਾਬਰ ਤੇ ਜੇ ਮੰਨ ਲਾ ਇਹ ਮਹਾਰਾਜ ਨਾ ਕਰੇ ਜੀ ਕੋਈ ਫਿਰ ਫੋਲਕਾ ਐਮਸੀ ਬਣ ਸਿੱਧਾ ਬਣੂਗਾ ਸੀ ਐਮ ਜੀ ਜਿੰਨਾ ਵਿਰੋਧ ਬਾਅਦ ਹੋਣਾ ਨਾ ਕਿਤੇ ਨੀ ਹੋਣਾ ਜੇ ਤੁਸੀਂ ਗੱਲ ਫਿਰ ਵੀ ਸਾਡੀ ਨਾ ਸੁਣੀ ਅਸੀਂ ਫਿਰ ਕੀ ਕਰਾਂਗੇ ਸਾਨੂੰ ਦੱਸੋ ਤੁਸੀਂ ਯਾਰ ਕੁਛ ਨੀ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇ ਕਰੋਧ ਕਰੀ ਜਾਓਗੇ ਦੋਨੇ ਡਰ ਗਏ ਹੁਣ
ਡਰੇ ਤਾਂ ਪਏ ਆ ਜੀ, ਡਰੇ ਤਾਂ ਪਏ ਆ, ਹਾਂਜੀ ਉਹ ਤਾਂ ਹੈ, ਉਹਨੇ ਡਰ ਗਏ ਹੁਣ ਤੇ ਹੋ ਜਾਊਗਾ ਕੰਮ। ਮੈਨੂੰ ਲੱਗਦਾ ਮੈਂ ਤੁਹਾਨੂੰ ਮੈਂ ਦੇਖੋ ਮੈਂ ਤਾਂ ਬਈ ਤੁਹਾਨੂੰ ਇੰਨੀ ਛੋਟੀ ਹੋਰ ਕੌਣ ਨੀ ਸਕਦਾ ਬਈ, ਮੈਂ ਨਾ ਵੀ ਸਾਨੂੰ ਤੇਰੇ ਤੋਂ ਤੁਹਾਡੇ ਤੇ ਭਰੋਸਾ ਕਰਕੇ ਅਸੀਂ ਫੋਨ ਲਾਈ ਜਾਂਦੇ ਮਾਨਸਾ ਵਾਰ ਵਾਰ। ਮੈਂ ਦੂਜੇ ਮੁੰਡੇ ਨੂੰ ਕਰਕੇ ਹਟਿਆ। ਹਾਂਜੀ ਤੁਸੀਂ ਪੁਤਲੇ ਫੂਕਣੇ ਇਹਦੇ ਸਾਡੀ, ਨਹੀਂ ਅਸੀਂ ਕੱਲ ਦੀ ਰੈਲੀ ਤੋਂ ਬਾਅਦ ਜਾਵਾਂਗੇ ਅਸੀਂ, ਸਾਡੀ ਰੈਲੀ ਨਾਲ ਮਨਪ੍ਰੀਤ ਰੈਲੀ ਨਾਲ ਗੱਲ ਕਰ ਲਈ, ਉਹ ਕਹਿੰਦਾ ਬੰਦੇ ਜੀ ਮੈਂ ਦੇ ਦੂੰਗਾ, ਹੋਰ ਦੱਸੋ ਤੁਸੀਂ। ਰੈਲੀ ਹੋਊਗੀ ਕਾਮਯਾਬ, ਵਿਰੋਧ ਕਿਸੇ ਦਾ ਨੀ ਹੋਊਗਾ, ਕੰਗ ਦਾ ਤੇ ਫੋਲ ਕੇ ਦਾ ਇੱਥੇ ਹੋਣਾ ਹੀ ਹੋਣਾ ਜੀ, ਉਹਨਾਂ ਨੂੰ ਬੋਲਣ ਨੀ ਦੇਣਾ ਸਟੇਜ ਤੇ, ਉੱਥੇ ਜਾਂ ਤਾਂ ਖੜੀ ਹੋਊਗੀ ਬਈ, ਨੀ ਤੁਹਾਨੂੰ ਪਤਾ ਜੇ ਉਹ ਆਏ ਤਾਂ ਲੱਗਦਾ ਇੱਕ ਮਾਨਸਾ ਜੀ ਮੈਂ ਥੋੜੀ ਹੋਰ ਰਿਕੁਐਸਟ ਕਰਾਂ, ਤੁਹਾਡੇ ਤੇ ਗੱਲ ਹੀ ਨੀ ਆਉਣ ਦਿੰਦਾ ਜੀ, ਮੈਂ ਮੈਨੂੰ ਜੇ ਸਟੇਜ ਤੇ 2 ਮਿੰਟ ਦੇ ਸਮਾਂ ਦੇ ਦਿਓ ਤੁਸੀਂ। ਨਹੀਂ ਪਤਾ ਕੀ ਹੈ, ਸਪੋਰਟ ਕਰਦੇ ਆ ਜਾਂ ਜਿਹੜੇ ਹਲਕੇ ਵਲੰਟੀਅਰ ਨੂੰ, ਤੁਹਾਨੂੰ ਮਿਲ ਜਾਣਾ, ਪਤਾ ਕੀ ਆ ਸਾਨੂੰ ਪਤਾ ਨੀ ਹੈਗਾ। ਫਿਰ ਮਾਨ ਸਾਹਿਬ ਡਾਇਰੈਕਟ ਜਿੱਤੀ ਚਾਹ ਕਿਉਂ ਹਾਰਦੇ ਆ ਜੀ ਆਪਾਂ, ਹਜੇ ਸਰਕਾਰ ਖੜੀ ਯਾਰ, ਤੁਸੀਂ ਕਰੀ ਤਾਂ ਚੱਲੋ 15 ਦਿਨਾਂ ਦਾ ਹੋਗਾ ਟਿਕਟ ਬਦਲ ਜੀ ਯਾਰ, ਅਸੀਂ ਤਾਂ ਕਦੀ ਇਹਨੇ ਰੁਕੇ ਨੀ ਜੀ, ਬਸ ਤੁਸੀਂ ਅੱਗੇ ਹੋਣਾ ਯਾਰ ਬਸ। ਮਾਨ ਸਾਹਿਬ ਸਾਡਾ ਜੇ ਫਿਰ ਵੀ ਮਨ ਟੁੱਟ ਗਿਆ ਫਿਰ ਅਸੀਂ ਕੀ ਕਰਾਂਗੇ, ਮੈਂ ਫਿਰ ਤੁਹਾਡੇ ਨਾਲ ਆ ਯਾਰ, ਹੋਰ ਮੈਂ ਹੁਣ ਤੈਨੂੰ ਕੀ ਚਾਹੁੰਦੇ ਲਿਖ ਕੇ ਦੇਵਾਂ ਪਰਨੋਟ ਤੇ ਮੇਰਾ ਵੀਰ। ਚਲੋ ਠੀਕ ਆ ਜੀ, ਕੋਈ ਗੱਲ ਨੀ, ਬਾਹਲਾ ਤੈਨੂੰ ਮੈਂ ਪ੍ਰੈਸ ਨਹੀਂ ਕਰਦਾ, ਪਤਾ ਕੀ ਆ ਉੱਥੇ ਜਾਓ ਦਾਖੇ ਜਾਓ, ਜਾਵਾਂਗੇ ਜਾਵਾਂਗੇ ਬੇਫਿਕਰ, ਸਾਨੂੰ ਰੈਲੀ ਕੱਲ ਦੀ ਬਣਾ ਲੈਂਦੇ ਨੰਬਰ ਹੀ ਦੇ ਦੋ, ਚੱਕਦੇ ਨੀ ਫੋਨ ਹੀ ਨੀ ਚੱਕਦੇ, ਕੀ ਗੱਲ ਉਹ ਵੀ ਇੱਕੋ ਗੱਲ ਹੈ ਸਾਡੀ, ਦੋਨਾਂ ਦੀ ਇੱਕੋ ਗੱਲ ਹੈ ਯਾਰ, ਇੱਕੋ ਗੱਲ ਹੈ ਜੀ, ਫਿਰ ਠੀਕ ਆ ਜੀ, ਜਮਾ ਇੱਕੋ ਗੱਲ ਹੈ ਬਸ, ਨਾ ਤੁਹਾਡੇ ਨਾਲ ਸਾਰੇ, ਮੈਂ ਠੀਕ ਆ ਜੀ, ਓਕੇ ਜੀ, ਠੀਕ ਆ ਸੰਜੇ, ਜਗੇਸ਼, ਮੈਂ, ਕੁੱਗੀ, ਅਰਵਿੰਦ ਜੀ, ਫਿਰ ਤੁਸੀਂ ਇੰਨੇ ਬੰਦੇ ਸਾਡੇ ਨਾਲ ਆ ਤੇ ਤੁਸੀਂ ਟਿਕਟ ਫਿਰ ਨੀ ਦਵਾ ਸਕੇ ਸਾਨੂੰ, ਇਹ ਵੀ ਗੱਲ ਵੀ ਗੱਲ ਤਾਂ ਸੁਣੋ ਯਾਰ, ਕੱਟ ਸੁਣੋ, ਪਤਾ ਕੀ ਗੱਲ ਹੈ, ਪਤਾ ਮੇਰੀ ਗੱਲ ਸੁਣੋ, ਇੱਕ ਵਾਰੀ ਮਜਬੂਰ ਹੈ ਬਾਈ, ਪਤਾ ਕੀ ਹੈ, ਬਲੈਕਮੇਲ ਕਰਦੇ ਆ ਕਹਿੰਦਾ ਉਹ 5 ਫੁੱਟ ਨਹੀਂ ਕਰ ਸਕਦੀ ਜਿਹੜੀ ਤੂੰ ਕਹਿੰਦਾ ਨਾ, ਉਹ ਧਮਕੀ ਦਿੰਦਾ, ਮੈਂ ਆਪਣਾ ਪ੍ਰੈਸ ਕਾਨਫਰੰਸ ਕਰਕੇ ਕਹੂੰਗਾ ਅਰਵਿੰਦ ਕੇਜਰੀਵਾਲ, ਬਾਕੀ ਸਿੱਖਾਂ ਦੇ ਖਿਲਾਫ ਕੀ ਕਰ ਲਾਂਗੇ ਫਿਰ ਆਪਾਂ, ਕਰ ਲਓਗੇ ਮਾਨ ਜੀ, ਹੁਣ ਕੈਨੇਡਾ ਦੇ ਸਿੱਖਾਂ ਨੂੰ ਪਤਾ ਲੱਗ ਗਿਆ, ਪੰਜਾਬ ਦੇ ਵਾਗਾ ਹਿੱਲ ਗਿਆ, ਪੰਜਾਬ ਦੇ ਮਤਲਬ ਮਾਲ ਦੇ ਸਾਰਿਆਂ ਨੂੰ ਪਤਾ ਲੱਗ ਗਿਆ, ਥੋੜਾ ਜਿਹਾ ਹੋ ਤਾਂ ਲੈਣ, ਤੇ ਹੁਣ ਪਹਿਲਾਂ ਨੀ ਪੋਜੀਸ਼ਨ ਨਹੀਂ ਰਹੀ ਹੁੰਦੀ ਤੁਹਾਡੀ ਪਾਰਟੀ 'ਚ, ਬਸ ਹੁਣ ਕੇਜਰੀਵਾਲ ਕਹਿੰਦਾ ਕੋਈ ਗੱਲ ਨੀ, ਹੁਣ ਕਰ ਵੀ ਲਵੇ ਪ੍ਰੈਸ ਕਾਨਫਰੰਸ ਯਾਰ, ਮੈਂ ਪਾਰਟੀ ਕਿਹੜੀ ਬਰਬਾਦ ਹੋਣ ਦਊਂਗਾ। ਹਾਂਜੀ ਹਾਂਜੀ, ਚਲੋ ਠੀਕ ਆ ਜੀ, ਮਾਨ ਸਾਹਿਬ ਤੁਹਾਡੇ ਸਿਰ ਤੇ ਆ ਜੀ, ਕੇਜਰੀਵਾਲ ਸਾਹਿਬ ਨੂੰ ਮੇਰੀ ਗੱਲ ਹੋਊਗੀ, ਬਰਗੇਸ਼ ਉੱਥੇ ਬੈਠਾ ਸੀਗਾ, ਹਾਂਜੀ ਮੇਰੀ ਪਹਿਲਾਂ ਗੱਲ ਹੋਈ ਹੋਈ ਹੈ, ਠੀਕ ਆ ਠੀਕ ਹੈ ਨਾ, ਹਾਂਜੀ, ਬਲਕਿ ਉਹ ਤਾਂ ਇਹ ਕਹਿੰਦੇ ਸੀ ਦੁਰਗੇਸ਼ ਨੂੰ, ਕਹਿੰਦੇ ਤੂੰ ਬਾਗੇ ਦੀ ਰੈਲੀ ਕਿਉਂ ਰੱਖੀ ਹੈ, ਮੈਂ ਨਹੀਂ ਜਾਣਾ ਚਾਹੁੰਦਾ ਸੀ ਬਾਗੇ ਖਾਣੀ, ਠੀਕ ਆ ਜੀ ਠੀਕ ਹੈ ਨਾ, ਬਰਨਾਲੇ ਨੀ ਬਣ ਦਿੰਦੇ, ਬਰਨਾਲੇ ਵੀ ਲੈ ਗਿਆ ਮੈਨੂੰ, ਕਹਿ ਕੇ ਦੱਸ ਕੌਣ ਪ੍ਰਧਾਨ ਜੀ, ਹੁਣ ਪਤਾ ਲੱਗ ਗਿਆ ਸੀ
ਸਨਕਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਦਾ ਸ਼ੁਰੂ ਤੋਂ ਹੀ ਰਵੱਈਆ ਬਹੁਤ ਖਰਾਬ ਰਿਹਾ। ਜੋ ਵੀ ਲੀਡਰ ਤਰੱਕੀ ਕਰਕੇ ਉਹਨਾਂ ਤੋਂ ਉੱਪਰ ਲੰਘਦਾ ਹੈ, ਉਸਦੇ ਖਿਲਾਫ ਸਾਜਿਸ਼ ਰਚ ਕੇ ਉਸਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਨੇ। ਹਮਨੇ ਭਗਵੰਤ ਮਾਨ ਸਾਹਿਬ ਕੇ ਖਿਲਾਫ ਕੀ ਹੈ, ਕਿਉਂਕਿ ਭਗਵੰਤ ਮਾਨ ਸਾਹਿਬ ਕੀ ਸ਼ੁਰੂ ਸੇ ਚਲੇ ਨਹੀਂ ਹੈ। ਜੋ ਵੀ ਲੀਡਰ ਪਾਰਟੀ ਮੇਂ ਤਰੱਕੀ ਕਰਤਾ ਹੈ, ਉਨਸੇ ਉੱਪਰ ਉੱਠਣਾ ਚਾਹਤਾ ਹੈ, ਉਸਕੇ ਯੇ ਚਾਲੇ ਚਲਕਰ ਉਸਕੋ ਨੀਚੇ ਦਿਖਾਣੇ ਕੀ ਕੋਸ਼ਿਸ਼ ਕਰਤੇ ਹੈਂ। ਪਹਿਲੇ ਜੋ ਵੀਡੀਓ ਹੋਈ ਹੈ ਵਾਇਰਲ, ਉਸਮੇਂ ਯੇ ਕਹਿ ਰਹੇ ਹੈ ਕਿ ਦਾਖਾ ਕੌਂਸਟੀਟੁਐਂਸੀ ਮੇਂ ਜਾਕਰ ਫੂਲਕਾ ਸਾਹਿਬ ਕੇ ਪੁਤਲੇ ਫੂਕੋ, ਵਿਰੋਧ ਕਰੋ, ਉਨਕੋ ਹਰਾਨੇ ਕੀ ਕੋਸ਼ਿਸ਼ ਕਰ ਰਹੇ ਹੈਂ। ਉਸਸੇ ਪਹਿਲੇ ਵੀ ਸੁੱਚਾ ਸਿੰਘ ਛੋਟੇਪੁਰ ਕੋ ਪਾਰਟੀ ਸੇ ਨਿਕਾਲਾ ਗਿਆ। ਸੁੱਚਾ ਸਿੰਘ ਛੋਟੇਪੁਰ ਕੋ ਨਿਕਾਲਨੇ ਕੇ ਲੀਏ 1.5 ਲੱਖ ਰੁਪਏ ਕਾ ਉਨ੍ਹੋਂ ਨੇ ਇਲਜ਼ਾਮ ਲਗਾਇਆ। ਵੋ ਆਦਮੀ ਜਿਸਨੇ ਇਲਜ਼ਾਮ ਲਗਾਇਆ ਥਾ, ਉਸਨੇ ਵੀ ਪੁਸ਼ਟੀ ਕਰ ਦੀ ਥੀ ਕਿ ਭਗਵੰਤ ਮਾਨ ਨੇ ਕਹਿ ਕੇ ਕਰਵਾਇਆ ਹੈ। ਆਜ ਯੇ ਚਾਲੇ ਚੱਲ ਰਹੇ ਹੈ ਭਗਵੰਤ ਮਾਨ ਸੁਖਪਾਲ ਸਿੰਘ ਖਹਿਰਾ ਕੇ ਖਿਲਾਫ, ਝੂਠੇ ਉਨਕੇ ਇਲਜ਼ਾਮ ਲਗਾ ਰਹੇ ਹੈ, ਜਿਨਕਾ ਕੋਈ ਲੈਣਾ ਦੇਣਾ ਨਹੀਂ ਹੈ, ਝੂਠੀ ਬਾਤ ਕਰ ਰਹੇ ਹੈ। ਇਸ ਲਈ ਵਾਇਰਲ ਕੀ ਹੈ ਆਡੀਓ, ਲੋਕੋ ਕੋ ਬਤਾਨੇ ਕੇ ਲੀਏ, ਆਮ ਆਦਮੀ ਪਾਰਟੀ ਕੇ ਵਲੰਟੀਅਰ ਕੋ ਬਤਾਨੇ ਕੇ ਲੀਏ ਕਿ ਇਨ ਚਾਲੋਂ ਸੇ ਬਚੋ। ਭਗਵੰਤ ਮਾਨ ਕੀ ਯੇ ਪੁਰਾਣੀ ਫਿਦਤ ਰਹੀ ਹੈ ਕਿ ਜਿਸ ਥਾਲੀ ਮੇਂ ਖਾਤੇ ਹੈ ਉਸੀ ਮੇਂ ਛੇਦ ਕਰਤੇ ਹੈਂ। ये ऑडियो किसी वॉलंटियर ने कॉल की थी भगवंत मान साहब को बाघा पुराना टिकट के बारे में। तो भगवंत मान आगे कह रहे हैं कि फूलका के पुतले फूको, गुरविंदर कां को गांव में ना आने दो, उसके पुतले फूको, जमकर विरोध करो। वो भी ये भी कह रहे हैं कि आदमी लेकर दाखे जाओ, दाखा कॉन्स्टिट्यूएंसी जहाँ से फूलका साहब MLA बने हैं वहाँ पर जाओ, मनप्रीत अयाली से हेल्प लो और जाकर वहाँ पर पुतले फूको, विरोध करो इनका। ये अरविंद केजरीवाल वो बार बार से कह रहे हैं, मेरी CM साहब से बात हो गई है, मेरी दुर्गेश से बात हो गई है, वो कहते जमकर विरोध करो, टिकट बदलेंगे। वो कहते विरोध करो, जितना विरोध करोगे उतना अच्छा रहेगा, उतनी टिकट जल्दी बदलेंगे। तो आज कैसे मन में ख्याल आया, इससे पहले क्या मौके दिए उसको? हमने बहुत बारी मौका दिया कि अपनी चालें मत चलो, ऐसे ना करो। अब पानी सिर के ऊपर से गुजर रहा था, इसलिए लोगों को बताने के लिए, क्योंकि कल जो उन्होंने प्रेस कॉन्फ्रेंस की, इतने बुरे इल्ज़ाम लगाए। प्रेस कॉन्फ्रेंस में मीत हेयर भी साथ में बैठे हैं। इस ऑडियो के एंड पे भगवंत मान कहते हैं कि मैं गया था बरनाला रैली में, वहाँ पर बहुत विरोध है, मीत आदमी है फूलका साहब का, फूलके ने टिकट दिलाई है, मीत को भी विरोध है किया है, सही मतलब इसको टिकट नहीं मिलनी चाहिए थी, इस उनका ये मतलब था। तो सर ये कब की ऑडियो है? ये ऑडियो इलेक्शन से तकरीबन 2 महीने या 1.5 महीने पहले किया, जो 2017 का MLA इलेक्शन था पंजाब का। ਫਰੀਦਕੋਟ ਤੋਂ ਜਗਤਾਰ ਦੋਸਾਂਝ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।